ਘਟਨਾ ਬਾਰੇ ਜਿਹਦੀ ਤੁਸੀਂ ਗੱਲ ਕਰ ਰਹੇ ਹੋ, ਸੋ ਆਪਾਂ ਸਾਡੀ ਲੇਡੀ ਇੰਸਪੈਕਟਰ ਰੁਪਿੰਦਰ ਕੌਰ, SHO ਮਮੋਨ ਕੈਂਟ, ਮੈਡਮ ਰਜਨੀ ਬਾਲਾ, ਆਪਾਂ ਸਾਰੇ ਇੱਥੇ ਆਏ ਹਾਂ। ਜੋ ਇਨੀਸ਼ੀਅਲੀ ਜਾਂਚ ਆਪਾਂ ਸ਼ੁਰੂ ਕਰਤੀ ਹੈ, ਸੋ ਇਹਦੀ ਜਾਂਚ ਕਰਕੇ ਜੋ ਲੀਗਲ ਐਕਸ਼ਨ ਬਣਦਾ ਆਪਾਂ ਕਰ ਰਹੇ ਹਾਂ। ਸਰ, ਉਹਨਾਂ ਦਾ ਕੇਸ ਵੀ ਰਾਤ ਨੂੰ ਕੰਪਲੀਟ ਕੀਤੀ ਸੀਗੀ ਅਤੇ ਬੰਦੇ ਲੈ ਕੇ ਗਏ ਸੀ, ਲੇਕਿਨ ਅਜੇ ਪਤਾ ਨਹੀਂ ਆਉਣਾ ਜੀ। ਦੇਖੋ, ਇਨੀਸ਼ੀਅਲ ਸਟੇਜ 'ਚ ਕਈ ਵਾਰੀ ਕੋਈ ਆਉਂਦਾ ਇੰਨਾ, ਕੋਈ ਆ ਕੇ ਕੋਈ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰ ਸਕਦਾ ਕਿਉਂਕਿ ਬੱਚਾ ਹੈ। ਸੋ ਹੁਣ ਉਹਦੇ ਕੁਝ ਮੋਹਤਵਰਾਂ ਨੇ ਮੈਨੂੰ ਵੀ ਫੋਨ ਕੀਤਾ, ਹੁਣ ਆਪਾਂ ਇੱਥੇ ਸਿਵਲ ਹਸਪਤਾਲ ਆ ਗਏ ਹਾਂ। ਜੋ ਸਖਤ ਐਕਸ਼ਨ ਬਣਦਾ ਉਹਨੂੰ ਪ੍ਰੋਪਰ ਕੀਤਾ ਜਾਏਗਾ, ਔਰ ਜਿਹੜਾ ਕਲਪਰੇਟ ਆ ਉਹਨੂੰ ਉਹਦੇ ਮੁਕਾਮ ਤੱਕ ਪਹੁੰਚਾਇਆ ਜਾਏਗਾ। ਇਹ ਆਪਾਂ ਬਿਆਨ ਲਿਖ ਰਹੇ ਹਾਂ, ਜਿੱਦਾਂ ਬਿਆਨ ਜੋ ਸਟੇਟਮੈਂਟ ਆਉਂਦੀ ਹੈ ਜਿਹਦੇ ਖਿਲਾਫ ਜੋ ਐਕਸ਼ਨ ਬਣਦਾ ਉਹ ਕੀਤਾ ਜਾਏਗਾ।